ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣ ਭਾਈਆਂ ਦਾ ਕੀ ਹਾਲ ਚਾਲ ਹੈ, ਮਿਹਨਤ ਕਰਨੀ ਆ ਤੁਸੀਂ ਠੀਕ ਠਾਕ ਹੋ? ਸਰਾਂ ਅਲਹਮਦੁਲਿਲਾ ਅਸੀਂ ਠੀਕ ਠਾਕ ਹਾਂ। ਸਾਡੇ ਦੁਆ ਜਿੱਥੇ ਲੋਕ ਉੱਥੇ ਬਾਦ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਜੋ ਕਿ ਭੈਣ ਵੀਰਾ ਬਿਮਾਰ ਹੈ, ਅੱਲਾਹ ਪਾਕ ਉਹਨਾਂ ਸਿਹਤ ਤਾਂ ਪਸੰਦ ਕਾਰੋਬਾਰ ਕਰਦਾ ਤੁਰੰਤ ਫਰਮਾਵੇ। ਜੋ ਕੋਈ ਔਲਾਦ ਹੈ, ਅੱਲਾਹ ਪਾਕ ਉਹਨੂੰ ਲਾਤਾ ਫਰਮਾਵੇ। ਜੋ ਕੋਈ ਬੈਠਾ ਪਰੇਸ਼ਾਨ ਹੈ, ਅੱਲਾਹ ਪਾਕ ਉਹਨੂੰ ਪਰੇਸ਼ਾਨੀ ਦਾ ਤੁਰੰਤ ਫਰਮਾਵੇ। ਅੱਜ ਜਦ ਲੋਕ ਕਰਨੇ ਸ਼ੁਰੂ, ਅੱਲਾਹ ਪਾਕ ਦਾ ਨਾਮ ਲੈ ਕੇ, ਕਿਉਂਕਿ ਮੈਂ ਜਿਹੜੇ ਬਿਸਤਰੇ ਹੈਗੇ ਨਾ, ਇਹ ਲੇਟ ਨਹੀਂ ਆ। ਜਿਹੜੀ ਸ਼ਾਦੀ ਹੈਗੀ ਨਾ, ਅਸੀਂ ਗੱਡੀ ਮੇਰੀ ਬੇਟੀ ਉਹ ਗਏ ਨੇ ਰੂਹ ਚੁੱਕਣ, ਕਿਉਂਕਿ ਸਾਡੇ ਕੋਲ ਨਾ ਖਰਚਾ ਨਹੀਂ ਹੈਗਾ ਸੰਸਾਰ ਵਿੱਚ, ਅਤੇ ਨਾ ਉਹ ਰੂਹ ਚੁੱਕਣ ਗਈਆਂ ਨੇ, ਨਾਲ ਅਸਨੈਣ ਸੁਨੈਣ ਵੀ ਚਲੇ ਗਏ ਨੇ। ਉਹ ਚਾਰ ਜਣੇ ਨਾ ਕਪਾਹ ਚੁੱਕਣ ਗਏ ਨੇ, ਕਿਉਂਕਿ ਮੈਂ ਨਹੀਂ ਜਾ ਸਕਦੀ। ਕੱਲ੍ਹ ਨਾ ਮੈਨੂੰ ਸੜ ਕੇ ਵੀ ਬਹੁਤ ਜ਼ਿਆਦਾ ਲੱਗੀ ਸੀ, ਇਹ ਮੇਰੀ ਨਾ ਬਾਂਹ 'ਤੇ ਵੀ ਅਤੇ ਹੱਥ 'ਤੇ ਵੀ ਬਹੁਤ ਜ਼ਿਆਦਾ ਲੱਗ ਗਈ, ਅਤੇ ਮੈਂ ਲਾਤੀ ਅਤੇ ਇੱਥੇ ਸੇਰੀਏ 'ਚ ਵੀ, ਕਿਉਂਕਿ ਮੇਰੇ ਕੋਲ ਨਹੀਂ ਰੋਹ ਚੁੱਕੀ ਜੀ। ਅਤੇ ਉਹਨਾਂ ਨੇ ਭੇਜਿਆ ਮੈਂ ਤੁਸੀਂ ਚੁੱਕ ਗਏ ਹੋ, ਨਾਲੇ ਕੁਛ ਆਈ ਗਾਰਿਸ਼ ਨਾ, ਥੋੜ੍ਹਾ ਜਿਹਾ ਕੰਮ ਹੀ ਹੈਗਾ ਸੀ, ਪਲਸਤਰ ਤਾਂ ਰਹਿ ਗਿਆ, ਅੱਜ ਖਤਮ ਹੋ ਜਾਏਗਾ ਅਤੇ ਸਮਾਨ ਜਿਹੜਾ ਹੈਗਾ ਨਾ ਸਾਡਾ ਤਾਂ ਬਾਹਰ ਖਰਾਬ ਹੋ ਜਾਂਦਾ ਬਾਰਿਸ਼ 'ਤੇ। ਅਤੇ ਅੱਜ ਪਲਸਤਰ ਕਰਵਾ ਕੇ ਨਾ ਅਤੇ ਅੰਦਰ ਸਮਾਨ ਰੱਖਣ ਵਾਲੀ ਗੱਲ ਕਰਨੇ ਆ, ਕਿ ਸਾਡਾ ਬਾਹਰ ਨਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸਮਾਨ। ਹਾਂਜੀ, ਅਤੇ ਨਾ ਮਿਲ ਕੇ ਤੂੰ ਪਾਣੀ ਜਿਹੜਾ ਹੈਗਾ ਨਾ ਮੈਂ ਬਾਹਰ ਕੇ ਲਿਆ ਰਹੀ ਹਾਂ, ਕਿਉਂਕਿ ਨਾ ਮੇਰੇ ਸਿਰ ਨੂੰ ਬਹੁਤ ਜ਼ਿਆਦਾ ਦਰਦ ਹੈਗੀ, ਕੱਲ੍ਹ ਨਾ ਜਿਹੜੀ ਸੱਟ ਹੈਗੀ ਨਾ ਸਿਰ ਵਿੱਚ ਬਹੁਤ ਜ਼ਿਆਦਾ ਲੱਗੀ, ਅਤੇ ਨਾ ਮੈਂ ਹੱਥਾਂ 'ਚ ਪਾਣੀ ਚੱਕ ਕੇ ਲਿਆ ਰਹੀ, ਮੇਰੇ ਕੋਲ ਸਿਰ 'ਤੇ ਨਾ ਗੜਵਾ ਨਹੀਂ ਰੱਖਿਆ ਜਾਂਦਾ, ਅਤੇ ਤਰਾਈ ਜਿਹੜੀ ਹੈਗੀ ਨਾ ਅਸੀਂ ਕਮਰੇ 'ਤੇ ਸਾਰੀ ਕਾਢ ਲਈ ਹੈਗੀ, ਅਤੇ ਸ਼ਾਸਕੀਆ ਹੋਈ ਨਾ ਹਜੇ ਰੂਹ ਚੁੱਕ ਕੇ ਨਹੀਂ ਆਈਆਂ, ਅਤੇ ਉਹ ਵੀ ਆ ਜਾਂਦੀਆਂ, ਅਤੇ ਫਿਰ ਨਾਸ਼ਤਾ ਉਹਨਾਂ ਨੂੰ ਬਣਾ ਕੇ ਦੇਵੇ, ਅਸੀਂ ਇੰਨਾ ਨਾਸ਼ਤਾ ਜੇ ਨਹੀਂ ਕੀਤਾ, ਮੈਂ ਉਹ ਆ ਜਾਂਦੀਆਂ ਨੇ ਸੁਬਹ ਸੁਬਹ, ਮੈਂ ਕੰਮ ਜਿਹੜਾ ਹੈਗਾ ਨਾ ਉਹ ਸ਼ੁਰੂ ਕਰ ਦਿੰਦੇ ਹਾਂ। ਦੀਵਾਰ ਜਿਹੜੀ ਤਰਾਈ ਹੈਗੀ ਨਾ ਉਹ ਅਸੀਂ ਕਾਢ ਲਈ ਹੈ ਵੇਖ ਸਾਰੀ ਦੀਵਾਰ ਨੂੰ, ਅਤੇ ਅੱਜ ਨਾ ਅੱਲਾ ਕਰਦਾ ਅਤੇ ਕਮਰੇ ਦਾ ਨਾ ਕੰਮ ਜਿਹੜਾ ਹੈਗਾ ਨਾ ਖਤਮ ਹੋ ਜਾਂਦਾ, ਕਿਉਂ ਨਹੀਂ ਆ ਤਰਾਈ ਜਿਹੜੀ ਹੈਗੀ ਨੇ ਇਸ ਤਰ੍ਹਾਂ ਜਾ ਕੇ ਨਾਲ ਮੈਂ ਕੀਤੀ, ਮੋਟਰ ਸਾਡੀ ਖਰਾਬ ਹੋ ਗਈ ਸੀ, ਮੋਟਰ ਚੱਲੀ ਨਹੀਂ, ਅਤੇ ਕੋਈ ਮੈਂ ਹੁੰਦੀ ਨਾ ਕੋਈ ਮੋਟਰ ਜਿਹੜੀ ਨਵੀਂ ਨਹੀਂ ਚਲਵਾਉਂਦੇ ਹਾਂ, ਜੇ ਤੈਨੂੰ ਨਲਕਾ ਜਿਹੜਾ ਹੈਗਾ ਨਾ ਬਣਵਾਉਂਦੇ ਹਾਂ, ਅੱਲਾ ਪਾਕ ਸੂਮਤ ਮੈਂ ਚਲਦਾ ਹੈ ਨਾ, ਫਿਰ ਕੋਈ ਪਾਣੀ ਦਾ ਬੰਦੋਬਸਤ ਕਰਨੀ ਹੈ, ਸਾਡੇ ਪਾਣੀ ਦੀ ਬਹੁਤ ਜ਼ਿਆਦਾ ਮੁਸ਼ਕਲ, ਪਾਣੀ ਦੀ ਬਰਤਨ ਧੋਣ ਦੀ, ਬੱਚਿਆਂ ਨੂੰ ਨਵਾਉਣ ਦਵਾਉਣ ਦੀ, ਕੱਪੜੇ ਧੋਣ ਦੀ, ਅੱਗੇ ਤਾਂ ਬੜੀ ਆਸਾਨੀ ਹੈ ਕਿਉਂਕਿ ਇੱਕ ਪਾਜੀ ਨੇ ਸਾਨੂੰ ਲਵਾ ਕੇ ਦਿੱਤੀ ਸੀ ਮੋਟਰ, ਲੇਕਿਨ ਉਹ ਖਰਾਬ ਹੋ ਗਈ, ਸਾੜ ਗਈ, ਉਹ ਨਵੀਂ ਨਹੀਂ ਬਣ ਸਕਦੀ। ਅੱਲਾ ਪਾਕ ਫਿਰ ਕੋਈ ਹਿੰਮਤ ਲਿਆ ਕਹਿੰਦਾ ਯਾਰ ਆਪ ਕੋਈ ਫਿਰ ਵਸੀਲਾ ਬਣਾ ਦੇ ਸੀ, ਕੋਈ ਨੀ ਇਕੱਲਾ ਤਾਂ ਬੰਦਾ ਨਾ ਹੋਈ, ਫਿਰ ਲਵਾ ਕੇ ਦੇ ਬੜੀ ਦਿਨਾਂ ਦੀ ਮਿਹਰਬਾਨੀ ਹੈਗੀ, ਉੱਪਰੋਂ ਤਰਾਈ ਹੋ ਗਿਆ ਸਿੱਧੂ ਤੁਹਾਨੂੰ ਮੈਂ ਦੇਖ ਲੈਣ ਦੀ ਮੱਕੀ ਵੀ ਖਾ ਲੈਣੀ ਹੈ ਤਰਾਈ। ਹਾਂਜੀ, ਅਤੇ ਨਾ ਸ਼ਾਜ਼ੀ ਵਾਰੀ ਨਾ ਰੂਹ ਚੁੱਕ ਕੇ ਆ ਗਈਆਂ ਨੇ, ਅਤੇ ਨਾ ਉੱਥੇ ਨਾ ਬੋਰ ਚੱਲ ਰਹੀ ਸੀ ਬਿਜਲੀ, ਅਤੇ ਉੱਥੇ ਨਾ ਕੇ ਵੀ ਆਏ ਨੇ, ਸਮੈਨ ਹੀ ਰੂਹ ਚੁੱਗਣ ਗਏ ਹੋਏ ਅਸੀਂ, ਅਤੇ ਨਾ ਰੋਟੀਆਂ ਸਾਡੇ ਕੋਲ ਨਾ ਘੀ ਨਹੀਂ ਹੈਗਾ ਸੀ, ਮੈਂ ਖੁਸ਼ਕ ਬਣਾ ਰੱਖੀਆਂ ਅਤੇ ਨਾਲ ਚਾਹ ਹੈਗੀ ਇਹਨਾਂ ਕੋਲ, ਅਤੇ ਨਾ ਘੀ ਖਤਮ ਹੈਗਾ ਸੀ, ਮੈਂ ਫਿਰ ਨਾ ਤੰਦੂਰ 'ਤੇ ਰੋਟੀਆਂ ਬਣਾ ਲਈਆਂ ਨੇ ਜਾ ਕੇ, ਅਤੇ ਇਹ ਕਹਿ ਰਹੇ ਨੇ ਵੀ ਅਸੀਂ ਰੋਟੀ ਨਾ ਚੋਪੜੀ ਲੈਣੀ ਸੀ ਘੀ ਵਾਲੀ, ਮੈਂ ਕਿਹਾ ਘੀ ਆਪਾਂ ਦਾ ਨਾ ਖਤਮ ਹੋਇਆ ਹੈ, ਸ਼ਾਦੀਆਂ ਤਾਂ ਨਾ ਰੁੱਸ ਕੇ ਬੈਠੀ, ਕਹਿੰਦੀ ਵੀ ਘੀ ਵਾਲੀ ਰੋਟੀ ਲੈਣੀ ਸੀ, ਮੈਂ ਕਿਹਾ ਘੀ ਖਤਮ ਹੋਇਆ, ਕਹਿੰਦੀ ਤਵੀ 'ਤੇ ਬਣਾ ਲੈਣੀਆਂ ਸੀ ਰੋਟੀਆਂ। ਹਾਂਜੀ, ਅਤੇ ਨਾ ਸੁਨੈਣ ਨੂੰ ਮੈਂ ਦੇ ਦਿੱਤੀ, ਅਤੇ ਸੁਨੈਣ ਹੀ ਖਾ ਰਿਹਾ, ਅਤੇ ਸ਼ਾਦੀਆਂ ਨੂੰ ਵੀ ਦੇਣ ਲੱਗੀਆਂ ਰੋਟੀ, ਇਹਨਾਂ ਨੂੰ ਨਾ ਅੱਜ ਫਿਰ ਰੂਹ ਦੇ ਪੈਸੇ ਮਿਲੇ, ਨਾ ਫਿਰ ਘੀ ਲੈ ਲਏ ਸੀ, ਸੁਬਹਾ ਸ਼ਾਦੀਆਂ ਰੋਟੀ ਜਿਹੜੀ ਹੈਗੀ ਨਾ ਘੀ ਵਾਲੀ ਬਣਾ ਕੇ ਦੇਵਾਂਗੇ, ਅੱਜ ਖਾ ਲੱਗ ਸੁਬਹਾ ਤਿੰਨਾਂ ਘੀ ਵਾਲੀ ਰੋਟੀ ਨੂੰ ਚੇਪੜ ਕੇ ਦੇਵਾਂਗੇ, ਆਪਣੇ ਘੀ ਜਿਹੜਾ ਹੈਗਾ ਮੈਂ ਖਤਮ ਹੋਇਆ, ਵੀ ਇਹ ਰੋਟੀ ਇਹਦੇ ਕੋਲ ਰੱਖ ਲਿਆ, ਅੱਜ ਖੁਸ਼ਕ ਖਾ ਲਓ, ਕੁਛ ਨਹੀਂ ਹੁੰਦਾ। ਅਤੇ ਦੁਪਹਿਰ ਨੂੰ ਨਾ ਅਸੀਂ ਕੋਈ ਸਾਲਨ ਬਣਾ ਲਿਆ ਸੀ ਦਾਲ ਦਾ, ਜਿਹੜਾ ਮੈਂ ਸਾਲਨ ਜਿਹੜਾ ਹੈਗਾ ਬਣਾ ਲਿਆ ਦਾਲ ਦਾ, ਅਤੇ ਰੋਟੀਆਂ ਵੀ ਨਾ ਲਾ ਕੇ ਆ ਗਈਆਂ, ਉਹ ਨਾ ਦਾਲ ਉੱਤੇ ਪੈ ਰਹੀ ਅਤੇ ਮੈਂ ਰੋਟੀਆਂ ਲਾਉਣ ਚਲੀ ਗਈਆਂ,
ਅਤੇ ਨਾ ਸ਼ੋਰਬਾ ਸਾਰਾ ਸੁੱਕ ਗਿਆ ਦਾਲ ਦਾ। ਇਸ ਤਰ੍ਹਾਂ ਹਲੀਮ ਤਰ੍ਹਾਂ ਬਣ ਗਈ। ਚਲੋ ਰੋਟੀਆਂ ਖਾ ਲਈਆਂ ਮੈਂ ਦੇਰ ਅਤੇ ਨਾ ਫਿਰ ਕੰਮ ਸ਼ੁਰੂ ਕਰ ਦਿੱਤਾ। ਰੋਟੀ ਖਾ ਲਈ ਅਤੇ ਇੰਨਾ ਮੌਸਮ ਫਿਰ ਜਿਹੜਾ ਹੈਗਾ ਨਾ ਖਰਾਬ ਹੋ ਰਿਹਾ। ਬੱਦਲ ਜਿਹੜਾ ਹੈਗਾ ਨਾ ਬਣੇ ਨੇ, ਸਮਾਨ ਜਿਹੜਾ ਹੈਗਾ ਨਾ ਚੁੱਕ ਕੇ ਬਾਹਰ ਕੱਢੇ ਅੱਜ ਫਿਰ, ਕਿਉਂਕਿ ਅੰਦਰ ਨਾਲ ਕੰਮ ਜਿਹੜਾ ਹੈਗਾ ਨਾ ਉਹ ਕਰ ਰਹੇ ਹਾਂ, ਪਲਸਤਰ ਵਾਲਾ ਸ਼ੁਰੂ ਕਰ ਲਿਆ। ਇਹ ਸਲੇਟ ਇੱਥੇ ਰੱਖੀ ਕਿਉਂਕਿ ਪੱਖਾ ਜਿਹੜਾ ਹੈਗਾ ਨਾ ਉਹ ਚਲਾਇਆ। ਅੰਦਰ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਅਤੇ ਨਾ ਕੱਲ੍ਹ ਬਾਰਿਸ਼ ਆ ਗਈ ਸੀ ਬਹੁਤ ਜ਼ਿਆਦਾ, ਤਾਂ ਵਾਸਤੇ ਕੰਮ ਨਹੀਂ ਹੋਇਆ ਅਤੇ ਅੱਜ ਨਾ ਕੰਮ ਸ਼ੁਰੂ ਕਰ ਲਿਆ ਅਤੇ ਰੋਟੀਆਂ ਮਿਸਤਰੀ ਨੂੰ ਖਵਾ ਦਿੱਤੀ। ਹਾਂਜੀ, ਅਤੇ ਨਾ ਕੰਮ ਜਿਹੜਾ ਹੈਗਾ ਸ਼ੁਰੂ ਕਰ ਲਿਆ। ਇਹ ਉੱਤੇ ਛਾਪ ਲਾ ਲਈ ਇਹਨਾਂ ਨੇ, ਪਹਿਲੇ ਰੋਟੀਆਂ ਖਵਾਈ, ਹੁਣ ਇਹਨਾਂ ਵਾਸਤੇ ਮੈਂ ਚਾਹ ਬਣਾਉਣ ਲੱਗੀ ਹਾਂ। ਅਤੇ ਸ਼ਾਜ਼ੀ ਹੋਰੀ ਜਿਹੜੀ ਰੂੰਹ ਚੁੱਗੇ ਨੇ, ਉਹਦੇ ਗੋਕੜੇ ਜਿਹੜੇ ਹੈਗੇ ਨੇ ਉਹ ਕੱਢਣ ਗਈ ਹੋਈਆਂ ਨੇ। ਫਿਰ ਉਦੋਂ ਕੋਈ ਪੈਸੇ ਲੈ ਆਉਣਗੇ ਅਤੇ ਕੋਈ ਬਰਫ਼ੀ ਲਵਾਂਗੇ ਅਤੇ ਕੋਈ ਸ਼ਾਮ ਸਬਜ਼ੀ, ਕਿਉਂਕਿ ਹੁਣ ਦਾਲ ਬਣਾਈ ਸੀ, ਦਾਲ ਦਾ ਸਾਲਣ, ਮੂੰਗੀ ਮਸਰਾਂ ਦੀ ਇਹਨਾਂ ਨੂੰ ਰੋਟੀਆਂ ਦਿੱਤੀਆਂ ਨੇ ਅਤੇ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ। ਇਹ ਪੱਖਾ ਜਿਹੜਾ ਹੈਗਾ ਨਾ ਉਹ ਵੀ ਲਾ ਕੇ ਦਿੱਤਾ ਅੰਦਰ, ਗਰਮੀ ਬਹੁਤ ਜ਼ਿਆਦਾ, ਹਵਸ ਜਿਹੜੀ ਹੈਗੀ ਨਾ ਉਹ ਬਹੁਤ ਜ਼ਿਆਦਾ ਹੈਗੀ। ਅੱਜ ਅੱਲਾ ਕਰਕੇ ਸਾਡਾ ਕਮਰਾ ਜਿਹੜਾ ਹੈਗਾ ਨਾ ਸਾਰਾ ਮੁਕੰਮਲ ਹੋ ਜਾਵੇ, ਇਹ ਵੀ ਹੋ ਜਾਵੇ ਅਤੇ ਇਹ ਵੀ ਸਾਰਾ ਮੁਕੰਮਲ, ਕਿਉਂਕਿ ਬਾਰਿਸ਼ ਆਉਂਦੀ ਕਿਸੇ ਟਾਈਮ ਸਮਾਨ ਅੰਦਰ ਸੁੱਟਣਾ ਪੈਂਦਾ, ਕਦੀ ਬਾਹਰ ਸੁੱਟਣਾ ਪੈਂਦਾ। ਪਲਤਾਵਾਂ ਜਾਂ ਤੂੰ ਨਾ ਮੈਨੂੰ ਹੀ ਸੱਟ ਲੱਗ ਗਈ, ਹਰ ਚੀਜ਼ ਸਮੇਟਦਿਆਂ ਵਿੱਚ ਦੇਖ ਹਨੇਰ ਬਹੁਤ ਜ਼ਿਆਦਾ ਸੀ ਅਤੇ ਬਹੁਤ ਜ਼ਿਆਦਾ ਨਾ ਮੈਨੂੰ ਗਹਿਰੀ ਸੱਟ ਲੱਗੀ ਹੈਗੀ ਜਿਹੜੀ ਸਿਰ ਵਿੱਚ, ਹਜੇ ਵੀ ਬਹੁਤ ਦਰਦ ਹੋ ਰਿਹਾ ਸਿਰ। ਮਿਸਤਰੀ ਜਿਹੜਾ ਹੈਗਾ ਨਾ ਇਹ ਖੋਰ ਲੈਂਦਾ ਸੀ, ਮੈਂ ਕਿਹਾ ਜਲਦੀ ਫਾਰਗ ਹੋ ਜਾਵਾਂਗੇ, ਜਲਦੀ ਕੰਮ ਖਤਮ ਹੋ ਜਾਵੇਗਾ। ਅੱਲਾ ਦਿੱਤਾ ਨਾਲ ਇਹਨਾਂ ਨੂੰ ਦੇ ਰਿਹਾ ਸੀਮਿੰਟ। ਸ਼ਾਦੀਆਂ ਜਿਹੜੀ ਹੈਗੀ ਨਾ ਉਹ ਅਜੇ ਪੀ ਰਹੀ ਹੈ, ਦੂਸਰੀਆਂ ਪੀ ਰਹੀ ਚਾਹੇ ਤਾਂ ਮੈਂ ਵਰਤ ਪਵਾ ਲਵਾਂ ਅਤੇ ਨਾ ਬੱਕੀਆਂ ਨੂੰ ਜਿਹੜਾ ਪਾਣੀ ਹੈਗਾ ਉਹ ਵੀ ਪਵਾ ਲਵਾਂ, ਬਹੁਤ ਜ਼ਿਆਦਾ ਹੈਗੀ। ਅਤੇ ਸ਼ਾਦੀਆਂ ਜਿਹੜੀ ਨਾ ਬੱਕਰੀਆਂ ਵਾਸਤੇ ਨਾ ਹੁਣ ਗਾਹ ਪੱਟ ਕੇ ਲਿਆ ਗਈ, ਗਾਹ ਨੂੰ ਵਗ ਜਾ ਅਤੇ ਮੈਂ ਬਰਤਨ ਧੋ ਲੈਂਦੀ ਹਾਂ, ਸਫਾਈ ਕਰਨੀ, ਫਿਰ ਸ਼ਾਮ ਨੂੰ ਰੋਟੀ ਸਾਲਣ ਬਣਾਉਣੀ। ਚਾਹ ਇਹਨਾਂ ਪੀ ਲਈ ਅਤੇ ਚਾਹ ਪੀ ਕੇ ਨਾ ਅਤੇ ਕੰਮ ਅੱਗੇ ਫਿਰ ਸ਼ੁਰੂ ਕਰ ਲਿਆ। ਅੱਗੇ ਉਹ ਦੀਵਾਰ ਜਿਹੜੀ ਹੈਗੀ ਨਾ ਅਤੇ ਕੱਢ ਲਈ ਤਿਆਰ ਦੀ ਰਹਿ ਗਈ ਅਤੇ ਹੁਣ ਨਾ ਜਿਹੜੀ ਇਹ ਦੀਵਾਰ ਹੈਗੀ ਇਸ ਨੂੰ ਸ਼ੁਰੂ ਕਰ ਲਿਆ। ਸ਼ਾਮ ਤੀਕ ਕਰਨਾ ਇਹ ਦੋਨੋਂ ਦੀਵਾਰਾਂ ਜਿਹੜੀਆਂ ਹੈਗੀਆਂ ਮੁਕੰਮਲ ਹੋ ਜਾਣੀ, ਅੱਗੇ ਇਹ ਰਹਿ ਗਈ ਥੋੜ੍ਹੀ ਜਿੰਨੀ ਅਤੇ ਹਜੇ ਇਹ ਕੰਮ ਜਿਹੜਾ ਹੈਗਾ ਨਾ ਕਰਨ ਵਾਲਾ ਪਿਆ ਇਹਨਾਂ ਦਾ। ਉੱਧਰ ਗਰਮੀ ਵੀ ਬਹੁਤ ਹੀ ਜ਼ਿਆਦਾ ਹੈਗੀ, ਇਸ ਤਰ੍ਹਾਂ ਨਾ ਪਸੀਨੇ ਨਾਲ ਇਸ ਤਰ੍ਹਾਂ ਕੱਪੜੇ ਵੀ ਗਿੱਲੇ ਇਹਨਾਂ ਦੇ, ਇਸ ਤਰ੍ਹਾਂ ਹੋਏ ਖੜੇ, ਜਿਸ ਤਰ੍ਹਾਂ ਨਾਤੀ ਖਲੇ ਨੇ ਕੱਪੜਿਆਂ ਸਨੇ, ਬਹੁਤ ਹੀ ਜ਼ਿਆਦਾ ਨਾ ਗਰਮੀ ਹੈਗੀ। ਇਹ ਦੀਵਾਰ ਵੀ ਉਹ ਵੀ ਇਹ ਰਹਿ ਗਈ ਗਰਮੀ, ਇੱਕ ਨਾਲ ਜਿਹੜੀ ਉਹ ਦੀਵਾਰ ਹੈਗੀ ਨਾ ਉਹ ਮੁਕੰਮਲ ਕਰ ਰਹੇ ਹਾਂ, ਬਸ ਉਪਰੋਂ ਜਿਹੜਾ ਹੈਗਾ ਸਾਰਾ ਹੋ ਗਿਆ।
ਇੱਥੇ ਨਾ ਸੁਪਰ ਛੱਤੀ ਜਿਹੜੀ ਹੈਗੀ ਉਹ ਬਣਾ ਕੇ ਇੱਥੇ ਉੱਤੇ ਭਾਂਡੇ ਰੱਖੀ ਦੇ ਨੇ ਉਹ ਵਾਲੀ ਬਰਤਨਾਂ ਵਾਸਤੇ ਬਣਾਉਣ ਲੱਗੇ ਹਾਂ ਇਹ ਉੱਤੇ ਤਾਂ ਪੂਰੇ ਨੇ ਸਰੀਏ ਇੱਥੇ ਨਾ ਸਲੇਪਾਂ ਬਾਰ ਕੇ ਨਾ ਉਹ ਰੱਖ ਦਿਆਂਗੇ ਇਹਦੇ ਉੱਤੇ ਫਿਰ ਇਹਨਾਂ ਦੀ ਵੀ ਬਣ ਜਾਵੇਗੀ ਅਲਮਾਰੀ ਤਰ੍ਹਾਂ ਫਿਰ ਉੱਤੇ ਬਰਤਨ ਜਿਹੜੇ ਨੇ ਉਹ ਰੱਖ ਦਿਆਂਗੇ ਬਸ ਇਹ ਅੱਧੀ ਦੀਵਾਰ ਰਹਿ ਗਈ ਅਤੇ ਨਾ ਇਹ ਰਹਿ ਗਈ ਅੱਧੀ ਦੀਵਾਰ ਬਸ ਫਿਰ ਕਮਰਾ ਜਿਹੜਾ ਨਾ ਖਤਮ ਹੋ ਜਾਏਗਾ ਇਹ ਜਿਹੜੀ ਗੋਹ ਹੈਗੀ ਨੇ ਹੁਣ ਲਾਹ ਦੇਣਗੇ ਗਰਮੀ ਜਿਹੜੀ ਹੈਗੀ ਉਹ ਵੀ ਬਹੁਤ ਜ਼ਿਆਦਾ ਹਵਾ ਸੁੰਦਰ ਕਮਰੇ ਵਿੱਚ ਨਾ ਬਣੀ ਖਲੀ ਹੈਗੀ ਅਤੇ ਪਸੀਨੀ ਹੋਏ ਥੱਲੇ ਨੇ ਅਤੇ ਪਾਣੀ ਐਵੇਂ ਬਾਹਰ ਕੇ ਲੈ ਆਉਂਦਾ ਨਲਕੇ ਦੇ ਅਤੇ ਥੱਲੇ ਨਾਲ ਤਰਾਈ ਕਰਨ ਲੱਗੇ ਨੇ ਤਰਾਈ ਜਿਹੜੀ ਹੈਗੀ ਉਹ ਥੋੜ੍ਹੀ ਹੈਗੀ ਕਿਉਂਕਿ ਨਲਕੇ ਤੋਂ ਬਾਹਰ ਭਰ ਕੇ ਪਾਣੀ ਜਿਹੜਾ ਹੈਗਾ ਉਹ ਲਾਹ ਰਹੇ ਹਾਂ ਮੋਟਰ ਜਿਹੜੀ ਹੈਗੀ ਸੀ ਨਾ ਉਹ ਖਰਾਬ ਹੋ ਗਈ ਸੀ ਪਾਣੀ ਨਹੀਂ ਹੈਗਾ ਸਾਡੇ ਕੋਲ ਅਤੇ ਨਲਕੇ ਤੋਂ ਬਾਹਰ ਕੇ ਨਾ ਜਿਹੜੀ ਤਰਾਈ ਹੈਗੀ ਨਾ ਉਹ ਕੀਤੀ ਸੀ ਅਤੇ ਨਾ ਇੰਨਾ ਹੋ ਗਿਆ ਕੰਮ ਚੱਲ ਅੱਲਾ ਪਾਕ ਨਾ ਗੈਸ ਦਿੱਤੀ ਫਿਰ ਅਲਮਾਰੀ ਜਿਹੜੀ ਹੈਗੀ ਨਾ ਇਹ ਵੀ ਲੈ ਆਵਾਂਗੇ ਖਿੜਕੀ ਵੀ ਹਜੇ ਖਿੜਕੀ ਅਸੀਂ ਨਹੀਂ ਲਈ ਖਿੜਕੀ ਦੀ ਸਾਡੇ ਕੋਲ ਹਜੇ ਗੁੰਜਾਇਸ਼ ਨਹੀਂ ਹੈਗੀ ਸੀ ਜਦੋਂ ਅੱਲਾ ਪਾਕ ਨੇ ਹਿੰਮਤ ਗੁੰਜਾਇਸ਼ ਦਿੱਤੀ ਨਾ ਫਿਰ ਖਿੜਕੀ ਜਿਹੜੀ ਹੈਗੀ ਉਹ ਲੈ ਲਵਾਂਗੇ ਇੱਕ ਵਾਰ ਦੇ ਵਿੱਚ ਇੱਟਾਂ ਜਿਹੜੀਆਂ ਗੀਆਂ ਇਹਨੂੰ ਗੁਜ਼ਾਰਾ ਕਰ ਲਿਆ ਇੱਟਾਂ ਹੀ ਜੋੜ ਕੇ ਜੋੜੀਆਂ ਨੇ ਮੈਂ ਕਿਹਾ ਬਾਰਿਸ਼ ਦਾ ਨਾ ਪਾਣੀ ਜਿਹੜਾ ਹੈਗਾ ਨਾ ਅੰਦਰ ਨਾ ਆਵੇ ਇਹ ਉੱਤੋਂ ਰਹਿੰਦੀਆਂ ਨੇ ਇਹ ਵੀ ਸੁਬਹ ਜੋੜ ਦਿਆਂਗੇ ਇੱਟੇ ਇੱਥੇ ਅਤੇ ਨਾ ਕਮਰਾ ਸਾਫ਼ ਕਰਕੇ ਨਾ ਤਾਂ ਸੁਬਹ ਜਿਹੜਾ ਸਮਾਨ ਹੈਗਾ ਉਹ ਵੀ ਚੁੱਕ ਕੇ ਅੰਦਰ ਰੱਖ ਲਵਾਂਗੇ ਸਾਰੀ ਸਫਾਈ ਕਰਾਂਗੇ ਅਤੇ ਤਲੇ ਦੀ ਵੀ ਹੈ ਸੀਮੈਂਟ ਪੀੜੇ ਅੰਦਰ ਹੀ ਬਣਾਉਂਦੇ ਨੇ ਕਿਉਂਕਿ ਬਾਹਰ ਜ਼ਾਇਆ ਨਾ ਹੋ ਜਾਵੇ ਤਾਂ ਵਾਸਤੇ ਨਾ ਕਮਰਾ ਜਿਹੜਾ ਹੈਗਾ ਨਾ ਇਹ ਦੀਵਾਰ ਹੋ ਗਈ ਇਹ ਵਾਲੀ ਬਸ ਉਹ ਥੋੜ੍ਹੀ ਰਹਿ ਗਈ ਫਿਰ ਇਹ ਵਾਲੀ ਰਹਿ ਗਈ ਦੀਵਾਰ ਇਹਨਾਂ ਨਾਲ ਤਰਾਈ ਕਰ ਰਹੇ ਕਿਉਂਕਿ ਤਰਾਈ ਨਾ ਪਾਈਪ ਹੁੰਦਾ ਨਾ ਮੋਟਰ 'ਤੇ ਫਿਰ ਤਰਾਈ ਨਾ ਸਹੀ ਹੋ ਜਾਣੀ ਸੀ ਕਿਉਂਕਿ ਇਹਨਾਂ ਨਾਲ ਨਲਕਾ ਗੇੜ ਕੇ ਨਾ ਗਵਾਣੀ ਗੱਲ ਤਰਾਈ ਫਿਰ ਕਰ ਰਹੇ ਹਾਂ ਇੰਨੀ ਨਾ ਤਰਾਈ ਨਹੀਂ ਦੀਵਾਰ ਨੂੰ ਹੋ ਰਹੀ ਅਤੇ ਨਾਲ ਨਾਲ ਤਰਾਈ ਵੀ ਕਰ ਰਹੇ ਹਾਂ ਅਤੇ ਪਲਸਤਰ ਜਿਹੜਾ ਹੈਗਾ ਉਹ ਵੀ ਅੱਜ ਖਤਮ ਹੋ ਜਾਏਗਾ ਅਤੇ ਅੱਲਾ ਪਾਕ ਉਹਨੇ ਜ਼ਿੰਦਗੀ ਕਰੇ ਜਿਹੜੀ ਸਾਨੂੰ ਨਾ ਬਣਵਾ ਕੇ ਦੇ ਰਹੀ ਨਾ ਬਾਜੀ ਅੱਲਾ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਰਿਜ਼ਕ ਦੇਵੇ ਅੱਜ ਉਹਦੀ ਵਜ੍ਹਾ ਤੋਂ ਸਾਡਾ ਕਮਰਾ ਜਿਹੜਾ ਹੈਗਾ ਨਾ ਬਣਿਆ ਸਾਡੇ ਬੱਚੇ ਵੀ ਬਹੁਤ ਖੁਸ਼ ਹੈਗੇ ਨੇ ਅੱਲਾ ਪਾਕ ਬਹੁਤ ਜ਼ਿਆਦਾ ਉਹਨਾਂ ਨੂੰ ਰਿਜ਼ਕ ਦੇਵੇ ਜਿਹਨੇ ਸਾਨੂੰ ਨਾ ਕਮਰਾ ਬਣਵਾ ਕੇ ਦਿੱਤਾ ਹੈ ਨਾ ਬਹੁਤ ਜ਼ਿਆਦੀਆਂ ਸਾਡੇ ਬੱਚੇ ਦੁਆਵਾਂ ਮੰਗਦੇ ਨੇ ਅੱਲਾ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਰਿਜ਼ਕ ਦੇ ਉਹਨਾਂ ਕਾਰੋਬਾਰ 'ਚ ਬਰਕਤ ਰਹਿਮਤ ਤਾਂ ਫਰਮਾਵੇ ਅੱਲਾ ਪਾਕ ਉਹਨਾਂ ਲੰਬੀ ਉਮਰ ਕਰੇ ਅੱਲਾ ਪਾਕ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਉਣ ਦੇਵੇ ਹਰ ਪਰੇਸ਼ਾਨੀ ਤੋਂ ਅੱਲਾ ਪਾਕ ਉਹਨਾਂ ਨੂੰ ਮਹਿਫੂਜ਼ ਰੱਖੇ ਹਰ ਮੁਸੀਬਤ ਤੋਂ ਅੱਲਾ ਪਾਕ ਆਪਣੀ ਉਹਨਾਂ 'ਤੇ ਰਹਿਮਤ ਬਣਾਈ ਰੱਖੇ ਜਿਨ੍ਹਾਂ ਨੇ ਸਾਨੂੰ ਬਣਾ ਕੇ ਦਿੱਤਾ ਨਾ ਰਾਣੋ ਬਾਜੀ ਇਮਰਾਨ ਭਾਈ ਅਤੇ ਰਿਮਸ਼ਾ ਬਾਜੀ ਨੇ ਨਾ ਉਹਨਾਂ ਤਿੰਨਾਂ ਨੇ ਸਾਡੀ ਹੈਲਪ ਕੀਤੀ ਉਹਨਾਂ ਨੇ ਸਾਨੂੰ ਕਮਰਾ ਮਸਲਿਨ ਸਾਰਾ ਬਣਵਾ ਕੇ ਦਿੱਤਾ ਅਤੇ ਅੱਲਾ ਪਾਕ ਉਹਨਾਂ ਨੇ ਜ਼ਿੰਦਗੀ ਰੱਖੀ ਮੈਂ ਤਾਂ ਬਹੁਤ ਜ਼ਿਆਦੀਆਂ ਉਹਨਾਂ ਦੇ ਹੱਕ ਵੀ ਦੁਆਵਾਂ ਮੰਗਣੀਆਂ ਕਿ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਹਮੇਸ਼ਾ ਖੁਸ਼ ਰਹਿਣ ਆਮੀਨ ਸੁਮਾਮੀ ਝਾੜੂ ਫੇਰ ਲਿਆ ਅਤੇ ਨਾ ਜਿਹੜੀਆਂ ਮੰਜੀਆਂ ਹੈਗੀਆਂ ਨੇ ਚਾਰ ਪਾਈਆਂ ਇਹ ਵੀ ਪਾ ਲਈਆਂ ਨੇ ਇਹ ਵਿਹੜੇ ਵਿੱਚ ਇੱਥੇ ਨਾ ਰਾਤ ਨੂੰ ਅਸੀਂ ਸੋਨੇ ਹਾਂ ਨਾ ਅਤੇ ਮੈਂ ਕਿਹਾ ਵੀ ਬਿਸਤਰੇ ਇੱਥੇ ਨਾ ਨਹੀਂ ਵਿਛਾਈ ਦੇ ਕਿਉਂਕਿ ਗਰਮੀ ਸਾਡੇ ਕੋਲ ਨਾ ਬਹੁਤ ਜ਼ਿਆਦਾ ਹੈਗੀ ਤਾਂ ਵਾਸਤੇ ਕਬੂਤਰ ਜਿਹੜੇ ਹੈਗੇ ਨੇ ਇਹਨਾਂ ਨੂੰ ਥੋੜ੍ਹੇ ਦਾਣੇ ਪਾਏ ਸੀ ਕਿਉਂਕਿ ਨਾ ਇੰਨੇ ਦਾਣੇ ਨਹੀਂ ਹੈਗੇ ਇਹਨਾਂ ਨੂੰ ਪਾਉਣ ਵਾਸਤੇ ਅਤੇ ਇਹ ਥੋੜ੍ਹੇ ਜਿਹੀ ਪਾਏ ਸੀ ਕੁਛ ਚੋਗ ਲਿਆ ਅਤੇ ਪਾਣੀ ਵੀ ਇਹਨਾਂ ਨੂੰ ਪਾਇਆ ਸੀ ਅੱਲਾ ਪਾਕ ਨੇ ਰਹਿਮਤ ਕਰੇ ਗਏ ਨਾ ਪਾ ਦਿੱਤੇ ਨੇ ਇਹਨਾਂ ਨੂੰ ਦਾਣੇ ਵੀ ਕਿਉਂਕਿ ਬਿਮਾਰ ਹੋ ਗਏ ਸੀ ਨਾ ਵਿੱਚੋਂ ਕਾਫੀ ਜ਼ਿਆਦਾ ਨਾ ਮਰ ਗਿਆ ਸੀ ਕਬੂਤਰ ਅਤੇ ਨਾ ਦਵਾਈ ਜਿਹੜੀ ਹੈਗੀ ਨਾ ਮੈਂ ਲੈ ਲਈ ਹੈ ਕਿਉਂਕਿ ਨਾ ਜਿਹੜੀ ਕੱਲ੍ਹ ਰਾਤ ਨੂੰ ਮੈਨੂੰ ਸੱਟ ਲੱਗੀ ਸੀ ਨਾ ਬਹੁਤ ਜ਼ਿਆਦਾ ਹਜੇ ਵੀ ਨਾ ਮੇਰਾ ਸਿਰ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਮੱਥਾ ਸੁੱਜਿਆ ਖਲਰ ਅਤੇ ਨਾ ਹੱਥ ਜਿਹੜਾ ਹੈਗਾ ਨਾ ਇਸ 'ਤੇ ਵੀ ਹਜੇ ਬਹੁਤ ਜ਼ਿਆਦਾ ਨਾ ਸੋਜ ਹੈਗੀ ਅਤੇ ਨਾ ਜ਼ਖਮ ਵੀ ਬਣ ਗਿਆ ਸੀ ਅਤੇ ਨਾ ਇਹ ਸਿਰ ਜਿਹੜਾ ਹੈਗਾ ਨਾ ਹਜੇ ਵੀ ਇਹ ਨਾ ਰੋੜੀ ਹੈਗੀ ਸੋਜ ਸਿਰ ਦੀ ਹਲੇ ਲੱਥੀ ਨਹੀਂ ਅੱਲਾ ਪਾਕ ਨਾ ਸਿਹਤ ਤੰਦਰੁਸਤੀ ਦੇ ਕਿਉਂਕਿ ਮੈਂ ਪਹਿਲੇ ਬਿਮਾਰ ਸੀ ਐਨ ਮੈਨੂੰ ਐਲਰਜੀ ਹੈਗੀ ਸੀ
ਤੇ ਨਾ ਫਿਰ ਨਾ ਮੈਨੂੰ ਸੱਸ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਲੱਗਦੀ। ਅੱਲਾ ਪਾਕ ਸਿਹਤ ਤੰਦਰੁਸਤੀ ਦੇਵੇ, ਹਿਕਸ ਨੂੰ ਸ਼ੁਕਰ ਹੈਗਾ ਜਿਹੜਾ ਨਾ ਕਮਰਾ ਸਾਡਾ ਬਣ ਗਿਆ ਨਾ, ਉਸ ਬਾਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਹਨੇ ਸਾਨੂੰ ਬਣਵਾ ਕੇ ਦਿੱਤਾ ਰਾਣੋ ਬਾਜੀ ਨੇ। ਅੱਲਾ ਪਾਕ ਉਹਦੀ ਜ਼ਿੰਦਗੀ ਕਰੇ, ਅੱਲਾ ਪਾਕ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣ, ਅੱਲਾ ਪਾਕ ਉਹਨਾਂ ਦੀ ਤੰਦਰੁਸਤੀ ਔਰ ਸਿਹਤ ਦੇਵਣ, ਕਿਉਂਕਿ ਬਹੁਤ ਅੱਛੇ ਇਨਸਾਨ ਹੈਗੇ, ਉਹਨਾਂ ਨੇ ਸਾਨੂੰ ਕਮਰਾ ਬਣਵਾ ਕੇ ਦਿੱਤਾ। ਅੱਲਾ ਪਾਕ ਉਹਦੀ ਜ਼ਿੰਦਗੀ ਕਰੇ, ਰਿਮਸ਼ਾ ਬਾਜੀ ਦੀ, ਇਮਰਾਨ ਭਾਈ ਦੀ। ਅੱਜ ਦੇ ਵਲਾਗ ਦੀ ਮਿਹਨਤ ਕਰਨੀ, ਅੱਜ ਦੀ ਵੀਡੀਓ ਮੇਰੇ ਭੈਣਾਂ ਵੀਰਾਂ ਨੂੰ ਸਾਡੀ ਜ਼ਰੂਰ ਪਸੰਦ ਆਈ ਹੈ, ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ, ਸਾਡੀ ਵੀਡੀਓ ਐਂਡ ਤਾਈਂ ਵੇਖਣਾ। ਸੁਬਹ ਮਿਲਾਂਗੇ ਭੈਣਾਂ ਭਾਈ ਨੂੰ ਅੱਛੇ ਵਲੋਗ ਦੇ ਨਾਲ। ਅੱਲਾ ਹਾਫਿਜ਼, ਅੱਲਾ ਹਾਫਿਜ਼।